ਸੁਦੇਸ਼ ਵਿੱਚ ਵਸਦੀਆਂ ਸਮੂਹ ਗੁਰਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਗੜ੍ਹ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਕਿ ਆਪ ਸਾਰੇ ਦੇਖ ਰਹੇ ਹੋ ਕਿ ਇੱਕ ਪਾਸੇ ਕਾਤਲ ਤੇ ਕੋ ਕਰਮੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਜਿਹੜਾ ਸੁਨਾਰੀ ਆ ਜੇਲ੍ਹ ਚ ਬੰਦਾ ਉਹਨੂੰ ਪੈਰੋਲ ਦੀਆਂ ਜਿਹੜੀਆਂ ਨੇ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਪਾਰਟੀਆਂ ਸਰਕਾਰਾਂ ਵਿੱਚ ਬੈਠੇ ਸਿਆਸੀ ਜਿਹੜੇ ਉਹਦੇ ਭਗਤਾਂ ਨੂੰ ਪੈਰੋਲ ਤੇ ਪਹਿਲਾਂ ਵੀ ਰਿਹਾ ਕੀਤਾ ਗਿਆ ਤੇ ਹੁਣ ਵੀ ਰਿਹਾ ਕੀਤਾ ਗਿਆ। ਪਰ ਦੂਸਰੇ ਪਾਸੇ ਮੈਂ ਕਹਿਣਾ ਚਾਹੁੰਦਾ ਕਿ सीबीआई ਕੋਰਟ ਦੇ ਮਾਨਯੋਗ ਜੱਜ ਜਗਦੀਪ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ ਲਿਆ ਉਸ ਵੇਲੇ ਜਦੋਂ ਸੌਦਾ ਸਾਧ ਦਾ ਸਾਧਵੀਆਂ ਦੇ ਨਾਲ ਕੋ ਕਰਮ ਦਾ ਤੇ ਰਾਮਚੰਦਰ ਛਤਰਪਤੀ ਦੇ ਕਤਲ ਕੇਸ ਦਾ ਫੈਸਲਾ ਸੀ ਉਸ ਵੇਲੇ ਮਾਣਯੋਗ ਜੱਜ ਜਗਦੀਪ ਸਿੰਘ ਜੀ ਨੇ ਬੜੀ ਨਿਰਡਰਤਾ ਤੇ ਨਿਰਪੱਖਤਾ ਦੇ ਨਾਲ ਫੈਸਲਾ ਲਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਉਹਨਾਂ ਨੇ ਜਿਸ ਵੇਲੇ ਸੌਦਾ ਸਾਧ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਤੇ 28 ਅਗਸਤ ਨੂੰ ਜਾ ਕੇ ਸੁਨਾਰੀਆ ਦੀ ਜੇਲ੍ਹ ਦੇ ਵਿੱਚ ਜਿਹੜੀ ਸਜ਼ਾ ਸੁਣਾਈ ਸੀ ਮਾਣਯੋਗ ਜੱਜ ਜਗਦੀਪ ਸਿੰਘ ਜੀ ਨੇ ਮੈਂ ਉਹਨਾਂ ਦੀ ਇਸ ਕੁਰਬਾਨੀ ਨੂੰ ਸਲੂਟ ਕਰਦਾ ਕਿ ਉਹਨਾਂ ਭਾਵੇਂ ਆਪਣੀ ਡਿਊਟੀ ਨਿਭਾਉਂਦੇ ਹਨ ਇਨਸਾਫ ਕੀਤਾ ਪਰ ਅੱਜ ਦੇ ਸਮੇਂ ਦੇ ਅੰਦਰ ਸੌਦਾ ਸਾਧ ਵਰਗ ਜਿਹੜਾ ਤਾਕਤਵਰ ਜਿਹੜਾ ਕਿ ਸਿਆਸੀ ਲੋਕਾਂ ਨੂੰ ਆਪਣੀ ਉਂਗਲਾਂ ਦੇ ਉੱਤੇ ਜਿਹੜਾ ਨਚਾਉਂਦਾ ਸੀ ਕੱਟ ਪੁਤਲੀਆਂ ਦੀ ਤਰ੍ਹਾਂ ਨੋਟ ਬੋਟ ਬੈਂਕ ਦੇ ਕਰਕੇ ਉਹਨੂੰ ਸਜ਼ਾ ਦੇ ਕੇ ਜਿਹੜਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕਣਾ ਬਹੁਤ ਵੱਡੀ ਗੱਲ ਸੀ ਦੁਨੀਆ ਦਾ ਕੋਈ ਬੰਦਾ ਨਹੀਂ ਸੀ ਸੋਚਦਾ ਕਿ ਸੌਦਾ ਸਾਧ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਸਜ਼ਾ ਦਾ ਹੱਕਦਾਰ ਹੋ ਕੇ ਤੇ ਜੇਲ੍ਹ ਵਿੱਚ ਚਲਿਆ ਜਾਵੇਗਾ ਪਰ ਮਾਨਯੋਗ ਜੱਜ ਜਗਦੀਪ ਸਿੰਘ ਨੇ ਜਿਸ ਤਰ੍ਹਾਂ ਫੈਸਲਾ ਲਿਆ ਸੌਦਾ ਸਾਧ ਬੜਾ ਗਿਰਗੜਾਇਆ ਸੀ ਕਿ ਮੇਰੇ ਮੈਂ ਬੜੇ ਭਲਾਈ ਦੇ ਕੰਮ ਕਰਦਾ ਮੇਰਾ ਪਰਿਵਾਰ ਆ ਪਰ ਉਸ ਵੇਲੇ ਮਾਨਯੋਗ ਜੱਜ ਜਗਦੀਪ ਸਿੰਘ ਨੇ ਕਿਹਾ ਕਿ ਮੈਂ ਬਾਦਲਾ ਹੁੰਦਾ ਜਥੇਦਾਰਾਂ ਵਰਗਾ ਨਹੀਂ ਤੈਨੂੰ ਮਾਫੀਨਾਮਾ ਦੇ ਦਿਆਂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਇਨਸਾਫ ਹੋਊਗਾ ਤੇ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ ਕਿ ਜਿੰਨਾ ਧਾਰਮਿਕ ਲੋਕਾਂ ਨੇ ਸਾਡੇ ਮਾਨਯੋਗ ਤਖਤਾਂ ਤੋਂ ਸਜ਼ਾ ਦੇਣੀ ਸੀ ਉਹਨਾਂ ਤਾਂ ਮਾਫੀਨਾਮਾ ਦੇ ਦਿੱਤਾ ਸਿਆਸੀ ਲੋਕਾਂ ਦੇ ਇਸ਼ਾਰੇ ਤੇ ਪਰ ਇੱਕ ਜੱਜ ਨੇ ਆਪਣੀ ਮੌਤ ਦੀ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਇਡਾ ਜਿਹੜਾ ਫੈਸਲਾ ਲਿਆ ਜਿਹਨੂੰ ਦੁਨੀਆ ਨੇ ਅਪਰੀਸ਼ੀਏਟ ਕੀਤਾ ਤੇ ਨਿਆਂਪਾਲਿਕਾ ਤੇ ਲੋਕਾਂ ਦਾ ਭਰੋਸਾ ਵੱਜਾ ਉਸ ਮਾਣਯੋਗ ਜੱਜ ਜਗਦੀਪ ਸਿੰਘ ਨੂੰ ਅਸੀਂ ਹੋਣ ਵਾਲੇ ਸਮੇਂ ਦੇ ਅੰਦਰ ਜਦੋਂ ਵੀ ਉਹ ਸਮਾਂ ਦੇਣ ਅੱਜ ਉਹ ਆਪਣੀ ਡਿਊਟੀ ਨਿਭਾ ਰਹੇ ਜੋ ਹੁਣ ਵੀ ਸਮਾਂ ਦੇ ਸਕਦੇ ਆ ਜਾਂ ਸੇਵਾਮੁਕਤ ਹੋਣ ਤੋਂ ਬਾਅਦ ਉਹਨਾਂ ਨੂੰ ਪੂਰੇ ਸੰਸਾਰ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਚਾਹੇ ਉਹ ਹਿੰਦੂ ਸਿੱਖ ਮੁਸਲਮਾਨ ਈਸਾਈ ਬੋਧੀ ਜੈਨੀ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਇਨਸਾਫ ਐਵਾਰਡ ਗੋਲਡ ਮੈਡਲ ਦੇ ਨਾਲ ਜਿਹੜਾ ਉਹਨਾਂ ਦਾ ਸਨਮਾਨ ਕੀਤਾ ਜਾਊਗਾ ਮਾਣਯੋਗ ਜੱਜ ਜਗਦੀਪ ਸਿੰਘ ਜੀ सीबीआई ਕੋਰਟ ਦੇ ਜਿਨ੍ਹਾਂ ਨੇ ਸੌਦਾ ਸਾਧ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਜਿਹਨੂੰ ਅੱਜ ਸਿਆਸੀ ਲੋਕ ਦੇਖੋ ਜਿਹਨੂੰ ਮਰਨ ਤੱਕ ਉਮਰ ਕੈਦ ਹੋਈ ਆ ਜਿਹਦੀਆਂ ਹੱਡੀਆਂ ਜੇਲ੍ਹ ਚੋਂ ਬਾਹਰ ਆਉਣੀਆਂ ਚਾਹੀਦੀਆਂ ਜਿਉਂਦਾ ਬਾਹਰ ਨਹੀਂ ਹੋਣਾ ਚਾਹੀਦਾ ਉਹਨੂੰ ਪੈਰੋਲਾਂ ਦਿੱਤੀਆਂ ਜਾ ਰਹੀਆਂ ਨੇ ਉਸ ਕੋ ਕਰਮੀ ਨੂੰ ਉਸ ਕਾਦਲ ਨੂੰ ਉਸ ਕ੍ਰਿਮੀਨਲ ਬੰਦੇ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਿਆ ਇਨਸਾਫ ਕੀਤਾ ਜਿਹਦੇ ਤੇ ਅਜੇ ਕਈ ਕੇਸ ਪੈਂਡਿੰਗ ਆ ਉਸ ਮਾਨਯੋਗ ਜੱਜ ਜਗਦੀਪ ਸਿੰਘ ਜੀ ਦਾ ਅਸੀਸ ਜਿਹੜਾ ਸਨਮਾਨ ਉਹ ਨਗਾਰੇ ਦੀ ਝੋੜ ਦੇ ਉੱਤੇ ਪੂਰਾ ਕਰਾਂਗੇ ਮਾਨਯੋਗ ਜੱਜ ਜਗਦੀਪ ਸਿੰਘ ਜੀ ਨੂੰ ਇਨਸਾਫ ਅਵਾਰਡ 골ਡ ਮੈਡਲ ਨਾਲ ਸਨਮਾਨਿਤ ਕੀਤਾ ਜਾਊਗਾ ਜਦੋਂ ਵੀ ਸਮਾਂ ਭਾਵੇਂ ਹੁਣ ਸਮਾਂ ਦੇ ਦੇਣ ਤੇ ਭਾਵੇਂ ਇਸ ਚਲ ਜੁਡੀਸ਼ਰੀ ਦੀ ਜੋ ਡਿਊਟੀ ਕਰ ਰਹੇ ਉਹ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਸਮਾਂ ਦੇ ਜਦੋਂ ਸਮਾਂ ਦੇਣਗੇ ਉਹਨਾਂ ਦਾ ਇਹ ਜਿਹੜਾ ਹੈ ਇਨਸਾਫ ਅਵਾਰਡ 골ਡ ਮੈਡਲ ਦੇ ਨਾਲ ਸਨਮਾਨ ਕੀਤਾ ਜਾਊਗਾ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਭੁੱਲਾਂ ਚੁੱਕਾਂ ਦੀ ਖਿਮਾ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਚੜ੍ਹਦੀ ਕਲਾ ਦੇ ਨਾਲ ਹੀ ਸਨਮਾਨ ਕਰਨਾ ਜਦੋਂ ਵੀ ਸਮਾਂ ਦੇਣਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ